ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਅਤੇ ਵੱਧ ਰਹੇ ਬਿਜਲੀ ਸੰਕਟ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਡਿਪਟੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਇਸ ਮੁਸੀਬਤ ਵਿੱਚੋਂ ਕੱਢਿਆ ਜਾਵੇ ਕਿਉਂਕਿ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਹਰ ਜਗ੍ਹਾ 'ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਵਿੱਚ ਬਿਜਲੀ ਸੰਕਟ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਗ ਪੱਤਰ ਦਿੱਤਾ ਡੀ ਸਾਹਿਬ ਨੂੰ ਗੁਰਦਾਸਪੁਰ, ਇਹਦੇ ਰਾਹੀਂ ਗਵਰਨਰ ਸਾਹਿਬ ਨੂੰ ਭੇਜਿਆ ਅਸੀਂ ਕਿ ਜੋ ਪੰਜਾਬ ਸਰਕਾਰ ਵੱਲੋਂ ਹਰ ਕੰਮ ਵਿੱਚ ਹਰ ਵਰਗ ਦੇ ਕੰਮਾਂ ਵਿੱਚ ਢਿੱਲ ਪਾਈ ਜਾ ਰਹੀ ਆ, ਜਿਸ ਤਰ੍ਹਾਂ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਨੇ ਅਤੇ ਕੋਈ ਇਹਦੇ ਵੱਲ ਧਿਆਨ ਨਹੀਂ ਗਾ। ਕਿਸਾਨਾਂ ਨੇ ਗਲੀ ਝੋਨਾ ਲਾਉਣਾ, ਕਣੀਰੀਆਂ ਬੀਜੀਆਂ ਗਈਆਂ ਨੇ, ਕੁਛ ਬੀਜਣ ਵਾਲੀਆਂ ਨੇ, ਅਤੇ ਬਿਜਲੀ ਦਾ ਪ੍ਰਬੰਧ ਕਰਨਾ ਚਾਹੀਦਾ। ਜਿਹੜਾ ਵਾਰ ਵਾਰ ਇਹ ਗੱਲ ਕਹਿੰਦੇ ਨੇ ਕਿ ਕੋਲਾ ਹੈ ਨਹੀਂ, ਉਹ ਸਰਕਾਰ ਨੇ ਇਹਦਾ ਪ੍ਰਬੰਧ ਕਰਨਾ ਹੁੰਦਾ। ਭਾਵੇਂ ਕਾਂਗਰਸ ਪਾਰਟੀ ਨੇ ਵੀ ਪਿੱਛੇ ਕੋਈ ਨਵੇਂ ਯੂਨਿਟ ਨਹੀਂ ਲਾਏ, ਨਵੇਂ ਕੋਈ ਥਰਮਲ ਪਲਾਂਟ ਨਹੀਂ ਲਾਏ, ਉਹ ਵੇਲੇ ਵੀ ਕੱਟ ਲੱਗਦੇ ਰਹੇ, ਧਰਨੇ ਦਿੰਦੇ ਰਹੇ ਹਾਂ, ਪਰ ਨਵੀਂ ਸਰਕਾਰ ਬਣੀ ਆ, ਲੋਕਾਂ ਨੂੰ ਬੜੀਆਂ ਉਮੀਦਾਂ ਸੀ ਅਤੇ ਅੱਜ 24 ਘੰਟੇ ਤੋਂ ਵੀ ਵੱਧ ਕਿਤੇ ਕੱਟ ਲੱਗਦੇ ਨੇ, ਪੱਖੇ ਨਹੀਂ ਚੱਲ ਰਹੇ, ਟਿਊਬਵੈੱਲ ਨਹੀਂ ਚੱਲ ਰਹੇ, ਬਰਸਨ ਸੋਗੇ ਨੇ, ਇਸ ਵੱਲ ਵੀ ਅਸੀਂ ਚਾਹੁੰਦੇ ਹਾਂ ਧਿਆਨ ਦਿੱਤਾ ਜਾਏ। ਦੂਸਰਾ ਲਾ ਐਂਡ ਆਰਡਰ ਵੇਖੋ ਤੁਸੀਂ, ਕਿਸ ਤਰੀਕੇ ਦੇ ਨਾਲ ਅਖਬਾਰਾਂ ਦੇ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਨੇ, ਕਿੰਨੇ ਕਤਲ ਹੋ ਚੁੱਕੇ ਨੇ, ਹਾਲੇ 2 ਮਹੀਨੇ ਸਰਕਾਰ ਬਣੀ ਨਹੀਂ ਹੋਏ ਨੇ, ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ। ਨਸ਼ੇ ਵਿਕ ਰਹੇ ਨੇ, ਇਹ ਬੰਦ ਹੋਣੇ ਚਾਹੀਦੇ ਨੇ। ਪਿਛਲੇ ਦਿਨ ਜਿਹੜਾ ਦਿੱਲੀ ਦੇ ਨਾਲ ਇਹਨਾਂ ਸਮਝੌਤਾ ਕੀਤਾ 18 ਮਹਿਕਮਿਆਂ ਦਾ, ਉਹ ਵੀ ਨਹੀਂ ਹੋਣਾ ਚਾਹੀਦਾ, ਉਹ ਵੀ ਪੰਜਾਬ ਦੇ ਵਿਰੁੱਧ ਆ। ਔਰ ਇੱਕ ਬੜਾ ਵੱਡਾ ਜਿਹੜਾ ਮਾੜਾ ਫੈਸਲਾ ਹੋਇਆ ਕਿ ਜਿਹੜੇ 4 ਜ਼ੋਨਾਂ 'ਚ 3 ਜ਼ੋਨ 'ਚ ਪੰਜਾਬ ਨੂੰ ਵੰਡਿਆ ਗਿਆ ਅਤੇ ਝੋਨਾ ਜਿਹੜਾ ਲੇਟ ਕਰ ਦਿੱਤਾ 26 ਤਰੀਕ ਤੱਕ। ਜੇ ਝੋਨਾ ਲੇਟ ਬੀਜਣਗੇ ਅਤੇ ਜਿਹੜੀਆਂ ਪਨੀਰੀਆਂ ਬੀਜੀਆਂ ਗਈਆਂ ਅਤੇ ਪਨੀਰੀਆਂ ਜਿਹੜੀਆਂ ਉਦੋਂ ਪੱਕ ਜਾਣੀਆਂ ਨੇ, ਅਤੇ ਜੇ ਝੋਨਾ ਲੇਟ ਪੱਕੇਗਾ ਲੱਗੇਗਾ, ਲੇਟ ਤਾਂ ਲੇਟ ਪੱਕੇਗਾ, ਫਿਰ ਉਦੋਂ ਨਵੀਂ ਆਏਗੀ, ਰੇਟ ਘੱਟ ਲੱਗੇਗਾ, ਮੰਡੀਆਂ 'ਚ ਵੀ ਰਸ਼ ਪਏਗਾ, ਲੇਬਰ ਦੀ ਪ੍ਰੋਬਲਮ ਪਏਗੀ, ਬਿਜਲੀ ਦਾ ਵੀ ਇੱਕਦਮ ਜਿਹੜਾ ਲੋਡ ਬਣੇਗਾ। ਔਰ ਜਿਹੜੇ ਝੋਨਾ ਗੇਤਾ ਲਾ ਕੇ ਕਿਸਾਨ ਮਟਰ ਬੀਜਦੇ ਸੀ, ਆਲੂ ਬੀਜਦੇ ਸੀ, ਉਹ ਵੀ ਫਸਲ ਤੋਂ ਵਾਂਝੇ ਰਹਿ ਜਾਣਗੇ। ਸੋ ਇੱਦਾਂ ਦੇ ਜਿਹੜੇ ਸਾਰੇ ਮੁੱਦੇ ਨੇ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਕਿ ਗਵਰਨਰ ਸਾਹਿਬ ਦੇ ਧਿਆਨ 'ਚ ਲਿਆਓ, ਸਰਕਾਰ ਨੂੰ ਕਹਿਣ ਕਿ ਪੰਜਾਬ ਦੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਆਸ ਕੀਤੀ ਸੀ ਉਸ ਤੋਂ ਬਿਲਕੁਲ ਉਲਟ ਗੱਲ ਹੋ ਰਹੀ ਆ, ਲੋਕ ਸਾਰੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਅਤੇ ਇਹਨਾਂ ਮੰਗਾਂ ਸਿੱਧਾ ਝੋਨਾ ਜਿਹੜਾ